ਆਰ ਕੇ ਨਾਰਾਇਣ ਦੀ ਕਹਾਣੀ ਹੈ ਦੂਜੀ ਰਾਏ ਮੈਂ ਬਿੱਲੀ ਵਾਂਗ ਦੱਬੇ ਪੈਰੀ ਕਮਰੇ 'ਚ ਵੜਿਆ ਦਰਵਾਜ਼ੇ ਦਾ ਤਾਲਾ ਖੋਲਿਆ ਤੇ ਮਾਚਿਸ ਦੀ ਤੀਲੀ ਨਾਲ ਲਾਲ ਟੈਨ ਵਾਲੀ ਮੈਂ ਨਹੀਂ ਚਾਹੁੰਦਾ ਸੀ ਕਿ ਮਾਂ ਦੀ ਨੀਂਦ ਖੁੱਲ ਜਾਏ ਇਸ ਲਈ ਹਾਲ ਦੇ ਦੂਜੇ ਪਾਸੇ ਖਿੜਕੀ ਪਾਰ ਆਪਣੇ ਕਮਰੇ ਤੱਕ ਦਾਰਾ ਮੈਂ ਜੰਗਲ ਦੇ ਉਸ ਸ਼ਿਕਾਰੀ ਵਾਂਗ ਪਾਰ ਕੀਤਾ ਜੋ ਆਪਣੇ ਸ਼ਿਕਾਰ ਨੂੰ ਭਿੰਖ ਨਾ ਲੱਗਣ ਦੇਣ ਵਾਸਤੇ ਰੁੱਖਾਂ ਪੌਦਿਆਂ ਝਾੜ ਝੰਮ ਨੂੰ ਬੜੀ ਸਾਵਧਾਨੀ ਨਾਲ ਜਰਾ ਵੀ ਆਵਾਜ਼ ਕੀਤੇ ਬਿਨਾ ਇੱਕ ਇੱਕ ਕਦਮ ਰੱਖ ਕੇ ਅੱਗੇ ਵਧ ਕੇ ਪਾਰ ਕਰਦਾ ਜਾਂਦਾ ਹੈ ਜਿਵੇਂ ਮੈਂ ਆਪਣੀ ਕੋਠੜੀ ਚ ਵੜ ਕੇ ਅੰਦਰੋਂ ਦਰਵਾਜ਼ਾ ਬੰਦ ਕੀਤਾ ਉਵੇਂ 8 ਗੁਣਾ 10 ਫੁੱਟ ਦੀ ਇਹ ਛੋਟੀ ਜੀ ਥਾਂ ਮੇਰੇ ਲਈ ਬਹੁਤ ਵੱਡੀ ਬਿਲਕੁਲ ਮੇਰੀ ਆਪਣੀ ਦੁਨੀਆ ਬਣ ਗਈ। ਇਹਦੀ ਢਾਲਵੀਂ ਛੱਤ ਦੀਆਂ ਟਾਈਲਾਂ ਵਿੱਚ ਸਭ ਤਰ੍ਹਾਂ ਦੇ ਕੀੜੇ ਮਕੌੜੇ ਡੇਰਾ ਲਾਈ ਬੈਠੇ ਸਨ ਪਰਦੇ ਤੇ ਮੱਕੜੀ ਦੇ ਜਾਲੇ ਲਟਕ ਰਹੇ ਸਨ ਪੁਰਾਣੇ ਜ਼ਮਾਨੇ ਦੇ ਲਟਕੇ ਕੈਲੰਡਰਾਂ ਦੇ ਪਿੱਛੇੋਂ ਕਿਰਲੀ ਤੇ ਗਿਰਗिट ਨਿਕਲ ਨਿਕਲ ਕੇ ਇੱਧਰ ਉੱਧਰ ਰੇਂਗ ਦੇ ਵਿਚਾਰੇ ਛੋਟੇ-ਛੋਟੇ ਜੰਤੂਆਂ ਨੂੰ ਝਪਟ ਝਪਟ ਕੇ ਖਾਣ ਚ ਲੀਨ ਸਨ ਜਿਸ ਨਾਲ ਉਹ ਆਪਣੇ ਜੀਵਨ ਦੀ ਅਗਲੀ ਯੋਨੀ ਵਿੱਚ ਫੌਰਨ ਪ੍ਰਵੇਸ਼ ਕਰ ਜਾਣ ਇੱਥੇ ਪ੍ਰਾਪਤ ਮੌਤ ਤੋਂ ਬਾਅਦ ਉਹ ਵੱਧ ਵਿਕਸਿਤ ਪ੍ਰਾਣੀ ਬਣ ਕੇ ਜਨਮ ਲੈਣਗੇ ਤੇ ਇਸੇ ਤਰ੍ਹਾਂ ਕਈ ਜੀਵਨਾਂ ਚੋਂ ਲੰਘ ਕੇ ਪਹਿਲਾਂ ਬਾਂਦਰ ਫਿਰ ਮਨੁੱਖ ਤੇ ਉਸ ਤੋਂ ਬਾਅਦ ਜੀਵਨ ਦੇ ਆਖਰੀ ਪੜਾ ਸਰਬਉੱਚ ਤੇ ਅਖੰਡ ਪਰਮ ਆਤਮਾ ਵਿੱਚ ਲੀਨ ਹੋ ਜਾਣਗੇ ਆਪਣੇ ਇਸ ਨਜ਼ਰੀਏ ਕਾਰਨ ਜੋ ਵੱਖ-ਵੱਖ ਸ਼ਾਸਤਰਾਂ ਨੂੰ ਪੜਨ ਤੇ ਉਹਨਾਂ ਨੂੰ ਅਦਪਚੱਦੇ ਢੰਗ ਨਾਲ ਸਮਝਣ ਦਾ ਨਤੀਜਾ ਹੈ ਮੈਂ ਇਸ ਥਾਂ ਦੀ ਝਾੜ-ਪੂੰਝ ਦੀ ਲੋਟਿੰਗ ਸਮਝਦਾ ਇਸ ਲਈ ਮੈਂ ਕਦੇ ਕਿਸੇ ਨੂੰ ਆਪਣੇ ਕਮਰੇ ਜਾਂ ਕੋਠੜੀ ਦੀ ਸਫਾਈ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਇਸੇ ਤਰ੍ਹਾਂ ਕਮਰੇ ਦੇ ਬਾਹਰ ਪਿੱਤਲ ਦੀ ਥਾਲੀ 'ਚ ਰੱਖੇ ਮੇਰੇ ਰਾਤ ਦੇ ਭੋਜਨ ਨੂੰ ਵੀ ਕਦੇ ਮੈਂ ਹੱਥ ਲਾਉਣ ਦੀ ਲੋੜ ਨਹੀਂ ਸਮਝੀ ਜਦੋਂ ਤੱਕ ਕਿ ਮੈਨੂੰ ਬਹੁਤ ਭੁੱਖ ਨਾ ਲੱਗੀ ਹੋਵੇ ਭੁੱਖ ਮੈਨੂੰ ਲੱਗਦੀ ਵੀ ਕਿਵੇਂ ਕਿਉਂਕਿ ਪੂਰਾ ਦਿਨ ਮੈਂ ਬੋਡਲੈਸ ਭੋਜਨ ਨਾਲੇ ਚਾਫੀ ਪੀਂਦਾ ਰਹਿੰਦਾ ਸੀ ਉਹ ਵੀ ਬਿਨਾਂ ਇੱਕ ਪੈਸਾ ਦਿੱਤੇ ਗੱਲ ਇਹ ਵੇ ਕਿ ਕਾਫੀ ਮੇਰੀ ਵੱਲ ਖੁਦ ਆਉਂਦੀ ਰਹਿੰਦੀ ਸੀ ਵਰਮਾ ਹਰ 2 ਘੰਟੇ ਬਾਅਦ ਕਾਫੀ ਦਾ ਪਿਆਲਾ ਮੰਗਾ ਕੇ ਪੀਂਦਾ ਰਹਿੰਦਾ ਸੀ ਜਿਸ ਨਾਲ ਪਤਾ ਚੱਲਦਾ ਰਹੇ ਕਿ ਉਹਦਾ ਸੁਆਦ ਸਹੀ ਬਣਿਆ ਰਹੇ ਕਿਚਨ ਦੇ ਲੋਕ ਉਸ ਵਿੱਚ ਕੋਈ ਮਿਲਾਵਟ ਜਾਂ ਚਾਲਬਾਜੀ ਤਾਂ ਨਹੀਂ ਕਰ ਰਹੇ ਹਨ ਆਪਣੇ ਨਾਲ ਹੀ ਮੇਰੇ ਲਈ ਵੀ ਬਰਾਬਰ ਕਾਫੀ ਮੰਗਵਾਉਂਦਾ ਰਹਿੰਦਾ ਇਸ ਲਈ ਨਹੀਂ ਕਿ ਉਹ ਮੇਰੀ ਇੱਜ਼ਤ ਕਰ ਰਿਹਾ ਸਗੋਂ ਇਸ ਲਈ ਕਿ ਕਾਫੀ ਦੀ ਗੁਣਵੱਤਾ ਬਾਰੇ ਉਹਨੂੰ ਜਿਵੇਂ ਮੇਰੇ ਡਾਕਟਰ ਸਦਾ ਮੰਨਦੇ ਰਹੇ ਹਨ ਕੋਈ ਦੂਜੀ ਰਾਏ ਵੀ ਪ੍ਰਾਪਤ ਕੀਤੀ ਜਾ ਸਕੇ ਇੱਥੇ ਮੈਂ ਵਿਸ਼ੇ ਤੋਂ ਜ਼ਰਾ ਜਨਾ ਹਟ ਕੇ ਮਾਲਗੁੜੀ ਮੈਡੀਕਲ ਸਟੈਂਡ ਸੈਂਟਰ ਦੇ ਡਾਕਟਰ ਕਿਸ਼ਨ ਬਾਰੇ ਵੀ ਕੁਝ ਦੱਸ ਦਿੰਦਾ ਪਿਛਲੇ ਦਿਨੀ ਜਦੋਂ ਮੈਂ ਖੁਦ ਨੂੰ ਘਰ ਲਈ ਮਦਦਗਾਰ ਸਾਬਤ ਕਰਨ ਚ ਯਕੀਨ ਰੱਖਦਾ ਸੀ ਮੈਂ ਆਪਣੀ ਮਾਂ ਨੂੰ ਡਾਕਟਰ ਸਾਹਿਬ ਕੋਲ ਲੈ ਜਾਇਆ ਕਰਦਾ ਸੀ ਇਸ ਪੁਰਾਣੇ ਘਰ ਨੂੰ ਵਿਰਸੇ 'ਚ ਹਾਸਲ ਕਰਕੇ ਮੈਨੂੰ ਭਾਵੇਂ ਬੜੀਆਂ ਦਿੱਕਤਾਂ ਕਿਉਂ ਨਾ ਚੱਲੀਆਂ ਨਹੀਂ ਆ ਪਈਆਂ ਹੋਣ ਇਹਦਾ ਇਹ ਲਾਭ ਜ਼ਰੂਰ ਸੀ ਕਿ ਬੜੀ ਵਧੀਆ ਥਾਂ ਤੇ ਬਣਿਆ ਸੀ ਮੁੱਖ ਮਾਰਕੀਟ ਰੋਡ ਦੇ ਸਮਾਨਾਂਤਰ ਕਬੀਰ ਸਟ੍ਰੀਟ ਹੈ ਉਸ ਨਾਲ ਜੁੜੀਆਂ ਕਾਫੀ ਸਾਰੀਆਂ ਗਲੀਆਂ ਹਨ ਜਿਨ੍ਹਾਂ ਰਾਹੀਂ ਤੁਸੀਂ ਚਾਹੋ ਤਾਂ ਡਾਕਟਰ ਸਾਹਿਬ ਕੋਲ ਜਾ ਸਬਜ਼ੀ ਮੰਡੀ ਪਹੁੰਚ ਸਕਦੇ ਹੋ ਮੈਡੀਕਲ ਸੈਂਟਰ ਸ਼ਹਿਰ ਦੇ ਬਿਲਕੁਲ ਵਿੱਚ ਘਾਰ ਸੀ ਤੇ ਇਹ ਗੱਲ ਡਾਕਟਰ ਸਾਹਿਬ ਸਦਾ ਤੁਹਾਡੀ ਜੀਬ ਜਾਂ ਛੱਤ ਛਾਤੀ ਦਾ ਨਰੀਖਣ ਕਰਦੇ ਸਮੇਂ ਦੱਸਦੇ ਹੀ ਸੀ ਕਿਉਂਕਿ ਉਦੋਂ ਤੁਸੀਂ ਉਹਨਾਂ ਨਾਲ ਕੋਈ ਤਰਕ ਵਿਤਰਕ ਨਹੀਂ ਕਰ ਸਕਦੇ ਸੀ ਤੁਸੀਂ ਦੇਖੋ ਦੂਜੇ ਡਾਕਟਰਾਂ ਨਾਲੋਂ ਇੱਥੇ ਇੰਨੀ ਜ਼ਿਆਦਾ ਭੀੜ ਕਿਉਂ ਰਹਿੰਦੀ ਹੈ ਕਿਉਂਕਿ ਸ਼ਹਿਰ ਦੇ ਸਾਰੇ ਮੁਹੱਲਿਆਂ ਨਾਲੋਂ ਇਹਦੀ ਦੂਰੀ ਬਿਲਕੁਲ ਇੱਕ ਦੂਜੇ ਦੇ ਬਰਾਬਰ ਹੈ ਬਰਾਬਰ ਦੂਰੀ ਦੀ ਸੂਚਨਾ ਦੇਣ ਤੋਂ ਫੌਰਨ ਬਾਅਦ ਉਹ ਵਿਸ਼ੇ ਤੇ ਆ ਜਾਂਦੇ ਮੈਂ ਜਾਂਚ ਕਰ ਲਈ ਹੈ ਮੇਰੇ ਖਿਆਲ ਨਾਲ ਬਿਮਾਰੀ ਇਹ ਹੈ ਫਿਰ ਵੀ ਤੁਸੀਂ ਚਾਹੋ ਤਾਂ ਦੂਸਰੀ رائے ਵੀ ਲੈ ਲਓ ਮੇਰਾ ਮੰਨਣਾ ਹੈ ਵਰਮਾ ਦਾ ਨਜ਼ਰੀਆ ਵੀ ਇਹੀ ਸੀ ਕਾਫੀ ਦਾ ਹਰ ਪਿਆਲਾ ਚੱਖਣ ਤੋਂ ਬਾਅਦ ਵੀ ਉਹ ਫੈਸਲਾ ਨਾ ਕਰ ਪਾਉਂਦਾ ਤੇ ਸਦਾ ਮੇਰੀ رائے ਲੈਂਦਾ ਸੀ ਇਸ ਤਰ੍ਹਾਂ ਲੋਕ ਆਉਂਦੇ ਰਹਿੰਦੇ ਸ਼ਾਮ 6 ਵਜੇ ਵਾਲਾ ਦਾਲ ਆਉਂਦਾ ਜੋ ਹਾਲਦੀਕ ਪਾਸੇ ਬੈਠ ਕੇ ਉਸਨ ਸ਼ਹਿਰ ਦੀਆਂ ਸਾਰੀਆਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਦੇ ਕਾਫੀ ਪੀਂਦੇ ਰਹਿੰਦੇ ਤੇ ਮੈਨੂੰ ਵੀ ਸਦਾ ਇਸ ਚਰਚਾ 'ਚ ਬੇਨਤੀਪੂਰਵਕ ਸ਼ਾਮਲ ਕਰਦੇ ਜਿਹਦਾ ਨਤੀਜਾ ਇਹੀ ਹੁੰਦਾ ਸੀ ਕਿ ਮੈਂ ਰਾਤ ਕਾਫੀ ਕਾਫੀ ਦੇਰ ਨਾਲ ਘਰ ਪਹੁੰਚ ਪਾਉਂਦਾ ਇਸ ਲਈ ਪਿੱਤਲ ਦੀ ਥਾਲੀ 'ਚ ਰੱਖੀ ਹੋਈ ਸਮਗਰੀ ਲਈ ਮੇਰੀ ਭੁੱਖ ਕੀ ਇੱਛਾ ਵੀ ਮਰ ਜਾਂਦੀ ਸੀ ਦੂਜੇ ਦਿਨ ਬਹੁਤ ਤੜਕੇ ਇੱਕ ਨੌਕਰਾਨੀ ਭਾਂਡੇ ਚੁੱਕਣ ਆਉਂਦੀ ਸੀ ਇਹਦੀ ਉਮਰ 10 ਸਾਲ ਸੀ ਕਾਲੇ ਗੋਲ ਗੱਲਾਂ ਵਿੱਚ ਚਮਕਦੀਆਂ ਹੋਈਆਂ ਅੱਖਾਂ ਇੱਕਦਮ ਚਮਕਦੇ ਸਫੈਦ ਦੰਦ ਸਿਰ ਤੇ ਗੁੱਤ ਜਿਸ 'ਤੇ ਇੱਕ ਲਾਲ ਰੰਗ ਦਾ ਰਿਬਨ ਲਮਕਦਾ ਰਹਿੰਦਾ ਸੀ ਮੈਨੂੰ ਇਹ ਲੜਕੀ ਬੜੀ ਚੰਗੀ ਲੱਗਦੀ ਸੀ ਤੇ ਮੈਂ ਸੋਚਦਾ ਜੇ ਮੈਂ ਕਲਾਕਾਰ ਹੁੰਦਾ ਇਹਦਾ ਅਜਿਹਾ ਚਿੱਤਰ ਬਣਾਉਂਦਾ ਜੋ ਦੁਨੀਆਂ 'ਚ ਮਸ਼ਹੂਰ ਹੋ ਜਾਂਦਾ ਉਹਨੂੰ ਪਤਾ ਸੀ ਉਹ ਮੈਨੂੰ ਚੰਗੀ ਲੱਗਦੀ ਹੈ ਇਸ ਲਈ ਉਹ ਮੇਰੇ ਕਮਰੇ 'ਚ ਬੇਤੜਕ ਘੁੰਮਦੀ ਰਹਿੰਦੀ ਸੀ ਭਾਂਡੇ ਚੁੱਕ ਕੇ ਕਹਿੰਦੀ ਓਹੋ ਖਾਣਾ ਤੱਛੂ ਹੈ ਤੱਕ ਨਹੀਂ ਚੁੱਪਚਾਪੀ ਬੋਲ ਮੈਂ ਕਹਿੰਦਾ ਤਾਂ ਉਹ ਸ਼ੈਤਾਨੀ ਨਾਲ ਮੁਸਕਰਾ ਕੇ ਕਹਿੰਦੀ ਚੰਗਾ ਠੀਕ ਹੈ ਪਰ ਮੈਂ ਜਾਣਦਾ ਸੀ ਅਗਲੇ ਮਿੰਟ ਹੀ ਇਹ ਦੁਨੀਆ ਦੀ ਸਭ ਤੋਂ ਅਹਿਮ ਖਬਰ ਬਣ ਜਾਏਗੀ ਖਬਰ ਮਿਲਦੇ ਹੀ ਮਾਂ ਆ ਜਾਂਦੀ ਤੇ ਮੇਰੇ ਕੋਲੋਂ ਜਵਾਬ ਮੰਗਦੀ ਫਿਰ ਕਹਿੰਦੀ ਜੇ ਇਸੇ ਤਰ੍ਹਾਂ ਚੱਲਦਾ ਰਹੇਗਾ ਤਾਂ ਪਤਾ ਨਹੀਂ ਕੀ ਹੋਏਗਾ ਮੈਂ ਖਾਸ ਤੌਰ ਤੇ ਤੇਰੇ ਲਈ ਖੀਰਾ ਕਟਿਆ ਉਹਦੀ ਸਬਜ਼ੀ ਬਣਾਈ ਪਰ ਤੂੰ ਐ ਕਿ ਉਹਨੂੰ ਬਰਬਾਦ ਕਰਨ 'ਚ ਇੱਕ ਮਿੰਟ ਨਾ ਲਾਇਆ ਤੈਨੂੰ ਕੀ ਪਸੰਦ ਹੈ ਕੀ ਨਹੀਂ ਇਹ ਤਾਂ ਦੱਸ ਦੱਸੇਗਾ ਵੀ ਨਹੀਂ ਤੇ ਖਾਵੇਂਗਾ ਵੀ ਨਹੀਂ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਉਦੋਂ ਤੱਕ ਕੋਈ ਪਰੇਸ਼ਾਨੀ ਨਾ ਹੁੰਦੀ ਜਦੋਂ ਤੱਕ ਉਹ ਬਾਹਰੋਂ ਹੀ ਬੋਲਦੀਆਂ ਰਹਿਣ ਕਮਰੇ ਦੇ ਅੰਦਰ ਨਾ ਵੜਨ ਮੈਂ ਕੰਧ ਨਾਲ ਪਿੱਠ ਦੀ ਢੋਰ ਨਾਲ ਲਾ ਕੇ ਚਟਾਈ ਤੇ ਬੈਠਾ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਸੋਚਦਾ ਰਿਹਾ अनइच्छत रहनते अपने दर्शन ते आचरण करना किन्ना ਔਖਾ ਹੈ। सिद्धार्थ ਨੇ ਚੰਗਾ ਕੀਤਾ ਰਾਤ ਨੂੰ ਜਦੋਂ ਸਾਰੇ ਲੋਕ ਸੌ ਰਹੇ ਸੀ ਉਦੋਂ ਗਿਆਨ ਪ੍ਰਾਪਤੀ ਦੀ ਭਾਲ ਚ ਚੁੱਪਚਾਪ ਘਰ ਛੱਡ ਕੇ ਤੁਰ ਪਏ। ਆਪਣੇ ਤਰੀਕੇ ਨਾਲ ਮੈਂ ਵੀ ਗਿਆਨ ਦੀ ਪ੍ਰਾਪਤੀ ਕਰ ਰਿਹਾ। ਭਾਵੇਂ ਅਜੇ ਤੱਕ ਬੰਧਨਾਂ 'ਚ ਜਕੜਿਆ। ਸਾਂਝੀ ਇੱਛਾ ਤੇ ਵਿਆਹ ਜੋਗ ਹੋਣਾ ਹੀ ਹੈ। ਸਭ ਤਰ੍ਹਾਂ ਦੇ ਉਤਰਾਧਿਕਾਰ ਤੇ ਜੀਵਨ ਦੀਆਂ ਸਾਰੀਆਂ ਸਮਗਰੀਆਂ ਇਹ ਸਾਰੇ ਮਨੁੱਖ ਲਈ ਬੰਧਨ ਹੀ ਤਾਂ ਹਨ। اپنی ਇਸ ਧਾਰਨਾ ਦੇ ਅਨੁਸਾਰ ਮੈਂ ਸਭ ਤੋਂ ਪਹਿਲਾਂ ਮੇਜ਼ ਕੁਰਸੀਆਂ ਦਾ ਤਿਆਗ ਕੀਤਾ ਕਿਹਾ ਜਾਏ ਤਾਂ ਘਰ ਦੀ ਛੱਤ ਦਾ ਵੀ ਤਿਆਗ ਕਰਤਾ ਕਿਉਂਕਿ ਮੇਰਾ ਕਮਰਾ ਸਾਰੇ ਘਰ ਨਾਲੋਂ ਬਿਲਕੁਲ ਵੱਖ ਸੀ ਇਹ ਸਭ ਕਰ ਪਾਉਣਾ ਆਸਾਨ ਨਹੀਂ ਹੋਇਆ ਸੀ ਮੇਰੇ ਪਿਤਾ ਦੇ ਘਰ ਚ ਕਾਫੀ ਅਲੱਗ-ਅਲੱਗ ਹਿੱਸੇ ਹਨ ਜਿਵੇਂ ਉਹ ਖਾਸੀ ਪੇੜਲੀ ਬਣਾਇਆ ਗਿਆ ਹੋਵੇ ਘਰ ਦਾ ਮੁੱਖ ਗੇਟ ਕਬੀਰ ਸਟਰੀਟ ਵੱਲ ਖੁੱਲਦਾ ਸੀ ਪਿਛਲਾ ਦਰਵਾਜ਼ਾ ਸਰੀਓ ਨਦੀ ਵੱਲ ਜੋ ਘਰ ਤੋਂ ਥੋੜੀ ਦੂਰ ਬੜੀ ਸੁਸਤ ਚਾਲ ਨਾਲ ਵਹਿੰਦੀ ਜਦੋਂ ਮੇਮਪੀ ਪਹਾੜੀਆਂ 'ਚ ਵਰਖਾ ਹੁੰਦੀ ਤਾਂ ਉਹ ਬੜੀ ਗਰਜ ਨਾਲ ਵਹਿਣ ਲੱਗਦੀ ਤੇ ਦੂਰੋਂ ਇਹਦੀ ਆਵਾਜ਼ ਸੁਣਾਈ ਦਿੰਦੀ ਘਰ ਦਾ ਪਿਛਲਾ ਦਰਵਾਜ਼ਾ ਖੋਲ ਕੇ ਥੋੜੀ ਦੇਰ ਬੈਠਣਾ ਤੇ ਨਦੀ ਨੂੰ ਦੇਖਣਾ ਸੋਹਣ ਦੇ ਨਜ਼ਰੀਏ ਤੋਂ ਤਾਂ ਮਜ਼ੇਦਾਰ ਸੀ ਮਿੱਠੇ ਸੰਗੀਤ ਵਾਂਗ ਨਦੀ ਦੀ ਧਾਰਾ ਦੀ ਆਵਾਜ਼ ਵੀ ਚੰਗੀ ਲੱਗਦੀ ਸੀ ਪਰ ਦਰਵਾਜ਼ੇ ਦੇ ਪਿੱਛੇ ਪਿਛਲੇ ਕਈ ਦਹਾਕਿਆਂ 'ਚ ਇੰਨੇ ਝਾੜ ਝੰਬੂ ਗਏ ਸਨ ਕੂੜਾ ਕਰਕਟ ਇਕੱਠਾ ਹੋ ਗਿਆ ਸੀ ਕਿ ਨਦੀ ਹੁਣ ਸਾਡੀ ਪਹੁੰਚ ਤੋਂ ਬਾਹਰ ਹੋ ਗਈ ਸੀ ਮੈਂ ਆਪਣੀ ਮਾਂ ਨੂੰ ਇਹ ਕਹਿੰਦੇ ਸੁਣਿਆ ਕਿ ਉਹਨਾਂ ਦੇ ਬਚਪਨ ਵਿੱਚ ਇਹ ਨਦੀ ਉਹਨਾਂ ਦੇ ਘਰ ਦਾ ਇੱਕ ਹਿੱਸਾ ਸੀ ਤੇ ਕਬੀਰ ਸਟਰੀਟ ਦਾ ਹਰ ਘਰ ਪਿਛਲੇ ਦਰਵਾਜ਼ੇ ਥਾਣੇ ਇਸ ਤੱਕ ਪਹੁੰਚ ਸਕਦਾ ਸੀ ਲੋਕ ਉੱਥੇ ਨਹਾਉਂਦੇ ਧੋਦੇ ਭਾਂਡਿਆਂ ਚ ਪੀਣ ਦਾ ਪਾਣੀ ਭਰਦੇ ਸ਼ਾਮ ਨੂੰ ਪੁਰਖੇ ਦੀ ਰੇਤ ਤੇ ਬੈਠ ਕੇ ਗੱਪਾਂ ਮਾਰਦੇ ਪੂਜਾ ਪਾਠ ਕਰਦੇ ਇਹ ਉਦੋਂ ਦੀ ਗੱਲ ਹੈ ਜਦੋਂ ਘਰਾਂ 'ਚ ਪਾਣੀ ਲਈ ਖੂਹ ਨਹੀਂ ਪੁੱਟੇ ਗਏ ਸੀ ਮਾਂ ਕਹਿੰਦੀ ਸੀ ਉਦੋਂ ਨਦੀ ਸਾਡੇ ਕਾਫੀ ਨੇੜੇ ਹੋਇਆ ਕਰਦੀ ਸੀ ਹੁਣ ਇਹ ਸਾਡੇ ਕੋਲੋਂ ਦੂਰ ਚਲੀ ਗਈ ਹੈ ਜਦੋਂ ਘਰਾਂ 'ਚ ਖੂਬ ਉੱਟੇ ਗਏ ਤਾਂ ਲੋਕ ਆਲਸੀ ਹੋ ਗਏ ਉਹ ਵਿਦਿਆਣ ਦੇਖੀ ਕਰਨ ਲੱਗੇ ਇਸ ਲਈ ਉਹ ਸਾਡੇ ਕੋਲੋਂ ਦੂਰ ਚਲੀ ਗਈ। ਉਹਨੇ ਦਿਨ ਤੁਸੀਂ ਪਿਛਲੇ ਦਰਵਾਜ਼ੇ ਥਾਣੀ ਹੱਥ ਕੱਢੋ ਨਦੀ ਨੂੰ ਛੂਹ ਲਓ ਇਹ ਹਾਲਤ ਸੀ ਪਰ ਤੈਨੂੰ ਪਤਾ ਹੈ ਇਲਮਾਨ ਸਟਰੀਟ ਨਾਲ ਤਾਂ ਨਦੀ ਅਜੇ ਵੀ ਖਹਿ ਕੇ ਬਹਿ ਰਹੀ ਹੈ ਕਿਉਂਕਿ ਉਹ ਲੋਕੋ ਦੀ ਪਰਵਾਹ ਕਰਦੇ ਹਨ। ਉਹਨਾਂ ਨੇ ਨਦੀ ਤੱਕ ਪੌੜੀਆਂ ਬਣਾ ਲਈਆਂ ਹਨ। ਉਹਦੀ ਇੱਜ਼ਤ ਕਰਦੇ ਹਨ। ਕਾਰਤਿਕ ਵਿੱਚ ਉਹ ਦੀਵੇ ਬਾਲ ਕੇ ਉਸ 'ਚ ਤਰਉਂਦੇ ਹਨ। ਸਾਡੀ ਸੜਕ ਦੇ ਲੋਕ ਤਾਂ ਹਲਸੀ ਹੋ ਗਏ ਐ ਉਹਦੀ ਪਰਵਾਹ ਨਹੀਂ ਕਰਦੇ ਉਹਨੇ ਦਿਨ ਹੀ ਮੈਂ ਤੇਰੇ ਪਿਤਾ ਨੂੰ ਘਰ ਚ ਖੂ ਨਾ ਪਟਵਾਉਣ ਦੀ ਜ਼ਿੱਦ ਕੀਤੀ ਸੀ ਤੇ ਦੂਜਿਆਂ ਨੇ ਵੀ ਫਿਰ ਉਹੀ ਕੀਤਾ ਮਾਂ ਖੂ ਪੁੱਟਣ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕਰ ਸਕੀ ਸੀ ਪਰ ਮਾਂ ਅਸੀਂ ਖੂ ਚੋਂ ਜੋ ਪਾਣੀ ਲੈਨੇ ਆ ਉਹ ਵੀ ਤਾਂ ਨਦੀ ਦਾ ਹੀ ਪਾਣੀ ਐ ਇਹਦਾ ਕੀ ਮਤਲਬ ਐ ਕਿਵੇਂ ਇਸ ਗੱਲ ਤੇ ਮੈਂ ਉਹਨਾਂ ਨੂੰ ਸਮਝਾਇਆ ਵੀ ਧਰਤੀ ਹੇਠਲਾ ਜੋ ਪਾਣੀ ਹੁੰਦਾ ਉਹ ਆਸ-ਪਾਸ ਦੀਆਂ ਨਦੀਆਂ ਦਾ ਹੀ ਹੁੰਦਾ ਐ ਇਸ ਤੱਤ ਦੇ ਦਰਸ਼ਨ ਤੇ ਕਵਿਤਾ ਤੋਂ ਪ੍ਰੇਰਿਤ ਹੋ ਕੇ ਮੈਂ ਅੰਤ ਵਿੱਚ ਕਹਿੰਦਾ ਦੇਖੋ ਜ਼ਮੀਨ ਹੇਠਲਾ ਜੋ ਪਾਣੀ ਹੁੰਦਾ ਉਹ ਸੈਂਕੜੇ ਹਜ਼ਾਰਾਂ ਫੁੱਟ ਡੂੰਘਾ ਪਾਣੀ ਇੱਕ ਦੂਜੇ ਨਾਲ ਜੁੜਿਆ ਪਾਣੀ ਦਾ ਇੱਕ ਅਤਿ ਵਿਸ਼ਾਲ ਭੰਡਾਰ ਹੈ ਇਸੇ ਤਰ੍ਹਾਂ ਜਿਵੇਂ ਤੂੰ ਕਹਿੰਨੀ ਹੈ ਕਿ ਦੁਨੀਆ ਦੇ ਇਸ ਪਾਸੇ ਉਸ ਪਾਸੇ ਹਰ ਚੀਜ਼ ਦਾ ਬ੍ਰਹਮਦਾਈ ਵਿਸਥਾਰ ਹੈ ਉਹ ਮੇਰੀ ਗੱਲ ਨੂੰ ਵਿਚਾਲਿਓਂ ਕੱਟ ਕੇ ਕਹਿੰਦੀ ਪਤਾ ਨਹੀਂ ਤੈਨੂੰ ਕੀ ਹੋਇਆ ਮੈਂ ਪਾਣੀ ਦੀ ਸਿੱਧੀ ਸਾਦੀ ਗੱਲ ਕਹਿੰਦੀ ਆਂ ਤਦ ਤੂੰ ਐ ਕਿ ਖਲੀਫਾ ਵਾਂਗ ਭਾਸ਼ਣ ਦੇਣ ਲੱਗਦਾ ਹੈ। ਉਹ ਨਹੀਂ ਦਿਨੀ ਮੈਂ ਘਰ ਦੇ ਪਿਛਲੇ ਪਾਸੇ ਜਿੱਥੇ ਬਹੁਤ ਵੱਡਾ ਵਿਹੜਾ ਤੇ ਰਸੋਈ ਚੋਂ ਲੰਘਦਾ ਲੰਬਾ ਬਰਾਂਡਾ ਸੀ ਜਿਸ ਨਾਲ ਜੁੜਿਆ ਸਟੋਰ ਤੇ ਭੋਜਨ ਘਰ ਸੀ ਆਪਣਾ ਕਾਫੀ ਸਾਰਾ ਸਮਾਂ ਬਿਤਾਉਂਦਾ ਸੀ। ਮਾਂ ਤਾਂ ਮਾਂ ਦਾ ਤਾਂ ਪੂਰਾ ਸਮਾਂ ਹੀ ਉੱਥੇ ਲੰਘਦਾ ਸੀ। ਤਦ ਮੈਨੂੰ ਕੋਈ ਕੰਮ ਤਾਂ ਹੁੰਦਾ ਨਹੀਂ ਸੀ ਇਸ ਲਈ ਮੈਂ ਉੱਥੇ ਖੰਭੇ ਨਾਲ ਬੈਠਾ ਮਾਂ ਨਾਲ ਗੱਲਾਂ ਕਰਦਾ ਰਹਿੰਦਾ ਤੇ ਆਧੁਨਿਕ ਵਿਸ਼ਿਆਂ ਬਾਰੇ ਉਹਨਾਂ ਦੀ ਜਾਣਕਾਰੀ ਵਿਦਾਇਆ ਕਰਦਾ। ਪਰ ਉਹਨੂੰ ਮੇਰੀ ਥਿਉਰੀ ਚ ਕੋਈ ਰੁਚੀ ਨਾ ਸੀ ਅਸੀਂ ਦੋਵੇਂ ਇੱਕ ਦੂਜੇ ਦੇ ਬਿਲਕੁਲ ਉਲਟ ਸੀ ਨਦੀ ਦੀ ਗੱਲ ਤੋਂ ਇਲਾਵਾ ਹੋਰ ਸਾਰੀਆਂ ਗੱਲਾਂ ਵਿੱਚ ਵੀ ਬੁੱਧੀਵਾਦੀ ਹੋਣ ਦੇ ਨਾਤੇ ਉਹਦੇ ਵਿਚਾਰਾਂ ਨਾਲ ਸਹਿਮਤ ਹੋ ਹੀ ਨਹੀਂ ਸਕਦਾ ਸੀ ਕਈ ਵਾਰ ਮੈਨੂੰ ਬਹੁਤ ਪਰੇਸ਼ਾਨੀ ਵੀ ਹੁੰਦੀ ਸੀ ਮਾਂ ਮੈਨੂੰ ਸ਼ਾਂਤੀ ਨਾਲ ਨਾ ਰਹਿਣ ਦਿੰਦੀ ਹਾਲ ਦੇ ਇਸ ਪਾਸੇ ਪੱਛਮ ਦਿਸ਼ਾ 'ਚ ਮੇਰੀ ਛੋਟੀ ਜੀ ਕੋਠੜੀ ਸੀ ਦੂਜੇ ਸਿਰੇ ਤੇ ਪਿਤਾ ਦਾ ਕਮਰਾ ਸੀ ਪੂਰਾ ਦਿਨ ਉੱਥੇ ਬੈਠਦੇ ਮੈਂ ਸੋਇਦਾ ਉਹਨਾਂ ਦੇ ਚਾਰੇ ਪਾਸੇ ਕੰਧਾਂ ਨਾਲ ਬਣੀਆਂ अलमारियां 'ਚ ਵੱਡੀਆਂ-ਵੱਡੀਆਂ ਕਿਤਾਬਾਂ ਦੀਆਂ ਜੋ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਉਹਨਾਂ ਨੂੰ ਪੜ੍ਹਦੇ ਰਹਿੰਦੇ ਐ ਤਾਮਿਲ ਸੰਸਕ੍ਰਿਤ ਅੰਗਰੇਜ਼ੀ 'ਚ ਮਜ਼ਬੂਤ ਜਿਲਦਾਂ 'ਚ ਬੱਜੀਆਂ ਦਰਸ਼ਨਾਤ ਦੀਆਂ ਕਿਤਾਬਾਂ ਉਪਨਿਸ਼ਦਾਂ ਦੇ ਉਹਨਾਂ ਨਾਲ ਸ਼ੰਕਰ ਰਾਮानुजाਦ ਦੁਆਰਾ ਕੀਤੀ ਵਿਆਖਿਆਵਾਂ ਵਿਸ਼ਵ ਗੁਰੂਆਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਇਹਨਾਂ ਤੋਂ ਇਲਾਵਾ ਈਸਾਈ ਧਰਮ ਪਲੇਟੋ ਤੇ ਸੁਕਰਾਟ ਦੀਆਂ ਮੋਟੀਆਂ-ਮੋਟੀਆਂ ਜਿਲਦ ਬੰਦ ਰਚਨਾਵਾਂ ਮੇਰੇ ਲਈ ਜਾਣਨ ਦਾ ਕੋਈ ਸਾਧਨ ਨਹੀਂ ਸੀ ਕਿ ਉਹ ਇਹਨਾਂ ਗ੍ਰੰਥਾਂ ਦੀ ਕਿੰਨੀ ਵਰਤੋਂ ਕਰਦੇ ਆ। ਉਹਨਾਂ ਦਾ ਕਮਰਾ ਮੇਰੀ ਪਹੁੰਚ ਤੋਂ ਬਾਹਰ ਸੀ। ਉਹ ਸਦਾ ਪੁੰਜੇ ਚੌਂਕੜੀ ਮਾਰ ਕੇ ਬੈਠਦੇ। ਸਾਹਮਣੇ ਇੱਕ ਟੀਨ ਦਾ ਟੇਡਾ ਡੈਸਕ ਰੱਖਿਆ ਹੁੰਦਾ ਜਿਸ ਤੇ ਇੱਕ ਬਹੁਤ ਵੱਡੀ ਮੋਟੀ ਕਿਤਾਬ ਹੁੰਦੀ ਜਿਹਨੂੰ ਮੈਂ ਆਪਣੇ ਅਗਿਆਨ ਵੱਸ ਦਰਸ਼ਨ ਦੀ ਪੋਥੀ ਸਮਝਦਾ। ਸੋਚਦਾ ਸੀ ਕਿ ਪਿਤਾ ਇਹਨਾਂ ਗੱਲਾਂ 'ਚ ਕਿੰਨੀ ਰੁਚੀ ਲੈਂਦੇ ਆ। ਕਾਫੀ ਬਾਅਦ ਵਿੱਚ ਵੱਡਾ ਹੋਣ ਤੇ ਮੇਰੀ ਸਮਝ ਆਇਆ ਕਿ ਉਹ ਉਹ অতি ਮਹਾਨ ਪੋਥੀ ਅਸਲ 'ਚ ਹਿਸਾਬ ਕਿਤਾਬ ਦਾ ਰਜਿਸਟਰ ਸੀ ਜਿਸ ਤੋਂ ਹਰ ਵੇਲੇ ਜੋੜ, ਬਾਕੀ, ਗੁਣਾ, ਭਾਗ ਕਰਨ ਵਿੱਚ ਰੁੱਝੇ ਰਹਿੰਦੇ। ਉਹਨਾਂ ਨੂੰ ਕਾਫੀ ਸਾਰੀਆਂ ਗੱਲਾਂ ਦੇ ਹਿਸਾਬ ਰੱਖਣੇ ਪੈਂਦੇ। ਜਿਵੇਂ ਸਾਡੇ ਖੇਤਾਂ 'ਚ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਰਕਮ ਦਾ ਹਿਸਾਬ, ਲੋਕਾਂ ਨੂੰ ਕਰਜ਼ੇ ਦੇ ਰੂਪ 'ਚ ਦਿੱਤੀਆਂ ਜਾਣ ਵਾਲੀਆਂ ਰਕਮਾਂ ਦਾ ਹਿਸਾਬ ਤੇ ਕਿਸੇ ਮੰਦਰ ਦੇ ਟਰਸਟ ਜਾਂ ਬੱਚਿਆਂ ਦੇ ਨਾਮ ਬੈਂਕ ਖਾਤਿਆਂ ਦਾ ਹਿਸਾਬ। ਕਰਦੇ ਸਾਹਮਣੇ ਬਣੇ ਚਬੂਤਰੇ ਤੇ ਕਾਫੀ ਸਾਰੇ ਲੋਕ ਸ਼ਾਂਤੀਪੂਰਵਕ ਬੈਠੇ ਉਡੀਕਦੇ ਕਿ ਕਦੋਂ ਉਹਨਾਂ ਦਾ ਨੰਬਰ ਆਵੇ ਤੇ ਉਹ ਅੰਦਰ ਜਾਣ ਇਸ ਤੋਂ ਬਾਅਦ ਉਹਨਾਂ ਨਾਲ ਕੋਈ ਲੰਬੀ ਗੱਲਬਾਤ ਹੁੰਦੀ ਕਾਗਜ਼ਾਂ ਤੇ ਹਸਤਾਖਰ ਕਰਾਏ ਜਾਂਦੇ ਮੋٹے ਮੋٹے ਮਜ਼ਬੂਤ ਹੈਂਡਲ ਵਾਲੀ ਸੇਫ ਵਿੱਚੋਂ ਕੱਢ ਕੇ ਚੰਗੀ ਤਰ੍ਹਾਂ ਗਿਣ ਕੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੇਫ ਲਗਭਗ 3 ਫੁੱਟ 2 ਇੰਚ ਸੀ ਤੇ ਇੱਕ ਤਰ੍ਹਾਂ ਨਾਲ ਪਿਤਾ ਦੇ ਜੀਵਨ ਦਾ ਹਿੱਸਾ ਸੀ ਪੈਸਾ ਇਸ ਤੋਂ ਬਾਹਰ ਨਿਕਲਦਾ ਤੇ ਹਸਤਾਖਰ ਕੀਤੇ ਕਾਗਜ਼ ਇਹਦੇ ਅੰਦਰ ਜਾਂਦੇ ਪਿਤਾ ਦੀ ਮੌਤ ਤੋਂ ਬਾਅਦ ਹੀ ਮੈਂ ਇਸੇ ਖੋਲੀ ਸੀ ਤੇ ਇਹਨੂੰ ਖੋਲਣ 'ਚ ਮੈਨੂੰ ਬੜੀ ਮੁਸ਼ਕਲਤ ਕਰਨੀ ਪਈ ਸੀ ਉਸ ਤੋਂ ਮਿਲੇ ਕਾਗਜ਼ਾਂ ਦੀ ਜਾਂਚ ਕਰਨ ਤੇ ਮੈਨੂੰ ਪਤਾ ਚੱਲਿਆ ਕਿ ਵੱਡੇ-ਵੱਡੇ ਗ੍ਰੰਥਾਂ ਦੀ ਇਹ ਲਾਇਬ੍ਰੇਰੀ ਪਿਤਾ ਕੋਲ ਕਿਸੇ ਗਰੀਬ ਵਿਦਵਾਨ ਨੇ ਗਹਿਣੇ ਪਾਈ ਸੀ ਜਿਹਨੂੰ ਫੇਰ ਕਦੇ ਛੁਡਾ ਨਾ ਸਕਿਆ ਪਿਤਾ ਨੇ ਉਹਨਾਂ ਦਾ ਕਦੇ ਕੋਈ ਉਪਯੋਗ ਨਾ ਕੀਤਾ ਉਹ ਕਿਤਾਬਾਂ ਨੂੰ ਕਦੇ-ਕਦੇ ਸਾਫ਼ ਜ਼ਰੂਰ ਕਰਦੇ ਰਹਿੰਦੇ ਤਾਂ ਕਿ ਕਦੇ ਉਹ ਵਾਪਸ ਦੇਣੀਆਂ ਪੈਣ ਤਾਂ ਸਹੀ ਹਾਲਤ 'ਚ ਬਣੀਆਂ ਰਹਿਣ ਪਰ ਮੇਰੇ ਲਈ ਇਹ ਕਿਤਾਬਾਂ ਰੱਬੀ ਵਰਦਾਨ ਸਾਬਤ ਹੋਈਆਂ ਜਦੋਂ ਕਦੇ ਉਹ ਇਸ਼ਨਾਨ ਕਰਨ ਲਈ ਨਦੀ ਕੰਢੇ ਜਾਂਦੇ ਉੱਥੇ ਪੂਜਾ ਪਾਠ ਕਰਨ 'ਚ ਬਹੁਤਾ ਸਮਾਂ ਲਾਉਂਦੇ ਉਦੋਂ ਮੈਂ ਚੁੱਪਚਾਪ ਉਹਨਾਂ ਦੇ ਕਮਰੇ 'ਚ ਵੜ ਜਾਂਦਾ ਤੇ ਚੁੱਪਚਾਪ ਨੀਂ ਜਲਾ ਕੇ ਉਹਨਾਂ ਨੂੰ ਦੇਖਦਾ ਉਹ ਕਾਫੀ ਸਮੇਂ ਤੱਕ ਮੈਨੂੰ ਇਹ ਕਿਤਾਬਾਂ ਪੜ੍ਹਨ ਲਈ ਨਹੀਂ ਦਿੰਦੇ ਰਹੇ ਕਹਿੰਦੇ ਤੈਨੂੰ ਕੀ ਪਤਾ ਐਨਾਂ 'ਚ ਕੀ ਲਿਖਿਆ ਫਿਰ ਉਹਨਾਂ ਨੇ ਇੱਕ ਕਿਤਾਬ ਲੈ ਜਾਣ ਦੀ ਇਜਾਜ਼ਤ ਦੇਣੀ ਸ਼ੁਰੂ ਕੀਤੀ ਪਰ ਬਹੁਤ ਜ਼ਿਆਦਾ ਹਿਦਾਇਤਾਂ ਦੇ ਨਾਲ ਜਿਵੇਂ ਕਵਰ ਨੂੰ ਪੂਰਾ ਕਦੇ ਨਾ ਖੋਲੀ ਅੱਧਾ ਹਟਾ ਕੇ ਦੇਖ ਲਈ ਤਾਂ ਕਿ ਉਹਨਾਂ ਦੀ ਕਰੀਜ਼ ਖਰਾਬ ਨਾ ਹੋਵੇ ਯਾਦ ਰੱਖੀ ਉਹਨਾਂ ਨੂੰ ਪੂਰੀ ਚੰਗੀ ਹਾਲਤ ਵਿੱਚ ਹੀ ਵਾਪਸ ਕਰਨਾ ਹੈ ਉਹਨਾਂ ਦੇ ਕਹਿ ਅਨੁਸਾਰ ਮੈਂ ਸਦਾ ਇੱਕ ਹੀ ਕਿਤਾਬ ਚੁਣਦਾ ਮੈਨੂੰ ਉਹਨਾਂ ਦੀ ਛੋ ਵਜ਼ਨ ਖੁਸ਼ਬੂ ਸਾਰਾ ਕੁਝ ਬੜਾ ਚੰਗਾ ਲੱਗਦਾ ਕਈ ਕਿਤਾਬਾਂ ਦੀ ਇੱਕੋ ਜੀ ਸੀਰੀਜ਼ ਸੀ ਲਾਇਬ੍ਰੇਰੀ ਆਫ ਵਰਲਡ ਥਾਟ ਦੇ ਨਾਂ ਨਾਲ ਮੈਂ ਆਪਣੇ ਕਮਰੇ ਚ ਗੱਦੇ ਤੇ ਬੈਠ ਕੇ ਉਹਨਾਂ ਨੂੰ ਨੀਝਲਾ ਦੇਖਦਾ ਪੜਨ ਦੀ ਕੋਸ਼ਿਸ਼ ਕਰਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਚ ਲਿਖਿਆ ਮੇਰੀ ਸਮਝ ਆਉਂਦਾ ਸੀ ਮੇਰੀ ਸਿੱਖਿਆ ਦੀ ਸਹੀ ਭੂਮਿਕਾ ਜਨ ਅਨੁਸ਼ਾਸਨ ਕੁਝ ਵੀ ਨਹੀਂ ਸੀ ਕਿਉਂਕਿ ਮੈਂ ਤਿੰਨ ਵਾਰ ਯਤਨ ਕਰਕੇ ਵੀ میٹرਿਕ ਦੀ ਪ੍ਰੀਖਿਆ ਪਾਸ ਨਹੀਂ ਕਰ ਸਕਿਆ ਸੀ ਪਿਤਾ ਜੀ ਦੀ ਮੌਤ ਤੋਂ ਬਾਅਦ ਤਾਂ ਮੈਂ ਪੜ੍ਹਨਾ ਹੀ ਛੱਡ ਦਿੱਤਾ ਸੀ ਕਿਉਂਕਿ ਮੈਨੂੰ ਅਚਾਨਕ ਗਿਆਨ ਹੋਇਆ ਕਿ ਪ੍ਰੀਖਿਆ ਪਾਸ ਕਰਨ ਦੀ ਕੋਈ ਲੋੜ ਹੀ ਨਹੀਂ ਹੈ ਚੌਥੀ ਵਾਰ ਯਤਨ ਕਰਨ ਤੋਂ ਬਾਅਦ ਮੈਂ ਪੜ੍ਹਨਾ ਛੱਡ ਦਿੱਤਾ ਕਿ ਕੋਰਸ ਦੀਆਂ ਸਾਰੀਆਂ ਕਿਤਾਬਾਂ ਤੇ ਕਾਪੀਆਂ ਟਾਂਡ ਮਤਲਬ ਪਰਛੱਤੇ ਦੇ ਉੱਪਰ ਸੁੱਟ ਦਿੱਤੀਆਂ ਧੰਨਵਾਦ 真的。